ਪਾਕਿਸਤਾਨ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਸ਼ੇਰੇ ਪੰਜਾਬ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਦਾ ਬੜਾ ਘੋਰ ਅਪਮਾਨ ਕੀਤਾ। ਮੈਂ ਪਾਕਿਸਤਾਨ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ, ਹਿੰਦੁਸਤਾਨ ਦੀ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ, ਪੰਜਾਬ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਨ੍ਹਾਂ ਸ਼ਰਾਰਤੀ ਅਨਸਰਾਂ ਨੇ ਇਹ ਬਹੁਤ ਘਟੀਆ ਕਾਰਾ ਕੀਤਾ ਉਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜ ਵਿੱਚ ਦੁਨੀਆ ਵਿੱਚ ਮਿਸਾਲੀ ਸਿੱਖ ਰਾਜ ਕਰਕੇ ਦੁਨੀਆ ਨੂੰ ਦੱਸਿਆ, ਜਿਹਦੇ ਵਿੱਚ ਉਹਨਾਂ ਨੇ ਹਰ ਧਰਮ ਦਾ ਬਹੁਤ ਵੱਡਾ ਸਨਮਾਨ ਕੀਤਾ। ਹਰ ਧਰਮ ਦੇ ਲੋਕਾਂ ਨੂੰ, ਚਾਹੇ ਮੁਸਲਮਾਨ ਸਨ, ਸਿੱਖ ਸਨ, ਈਸਾਈ ਸਨ, ਸਿੱਖ ਈਸਾਈ ਸਨ, ਹਿੰਦੂ ਸਨ, ਸਾਰਿਆਂ ਨੂੰ ਉਹਨਾਂ ਨੇ ਆਪਣੇ ਰਾਜ ਵਿੱਚ ਬਹੁਤ ਵੱਡੀਆਂ ਉੱਚੀਆਂ ਪਦਵੀਆਂ 'ਤੇ ਬਿਠਾ ਕੇ ਬਹੁਤ ਵੱਡਾ ਸਨਮਾਨ ਦਿੱਤਾ, ਵੱਡੇ ਵੱਡੇ ਰੁਤਬਿਆਂ ਨਾਲ ਨਵਾਜਿਆ, ਜਿੱਥੇ ਉਹਨਾਂ ਨੇ ਸਿੱਖ ਗੁਰਦੁਆਰਿਆਂ ਦੀ ਸੇਵਾ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮਹਾਨ ਸੇਵਾ, ਸੋਨੇ ਦੀ ਸੇਵਾ ਤੱਕ ਬਹੁਤ ਵੱਡੀਆਂ ਸੇਵਾਵਾਂ, ਨਨਕਾਣਾ ਸਾਹਿਬ ਪੰਜਾ ਸਾਹਿਬ ਦੀਆਂ ਸੇਵਾਵਾਂ ਕੀਤੀਆਂ। ਉੱਥੇ ਹਿੰਦੂ ਧਰਮ ਦੇ ਬੜੇ ਵੱਡੇ ਵੱਡੇ ਪ੍ਰਸਿੱਧ ਮੰਦਰਾਂ ਦੀ ਵੀ ਬਹੁਤ ਵੱਡੀ ਸੇਵਾ ਕਰਵਾਈ, ਔਰ ਉੱਥੇ ਉਹਨਾਂ ਨੇ ਮੁਸਲਮਾਨ ਵੀਰ ਜਿਹੜੇ ਹੈ ਉਹਨਾਂ ਦੇ ਆਸਥਾ ਦੇ ਪ੍ਰਤੀਕ ਜਿਹੜੀਆਂ ਮਸਜਿਦਾਂ ਉਹਨਾਂ ਦੇ ਵੀ ਨਵ ਨਿਰਮਾਣ ਕਰਵਾਏ, ਉਹਨਾਂ ਉੱਤੇ ਵੀ ਬਹੁਤ ਪੈਸਾ ਖਰਚ ਕੀਤਾ। ਇਸ ਕਰਕੇ ਉਹਨਾਂ ਨੇ ਦੁਨੀਆ ਵਿੱਚ ਇੱਕ ਵੱਖਰੀਆਂ ਪੈੜਾਂ ਪਾਈਆਂ ਕਿ ਜਦੋਂ ਵੀ ਕੋਈ ਰਾਜ ਸ਼ਕਤੀ ਤੁਹਾਨੂੰ ਪ੍ਰਾਪਤ ਹੁੰਦੀ ਹੈ ਉਦੋਂ ਤੁਸੀਂ ਸਾਰੇ ਧਰਮਾਂ ਦਾ ਸਤਿਕਾਰ ਕਰੋ, ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲੋ। ਔਰ ਉਹਨਾਂ ਨੇ ਹਰ ਧਰਮ ਦੇ ਨਾਲ ਬੜਾ ਸਨੇਹ ਔਰ ਦਿਲੋਂ ਜਾਨ ਤੋਂ ਲੈ ਕੇ ਹਰ ਧਰਮ ਦਾ ਸਤਿਕਾਰ ਕਰਦੇ ਸਨ। ਐਸੇ ਮਹਾਰਾਜੇ ਸਾਹਿਬ ਦੇ ਬੁੱਤ ਦੀ ਘੋਰ ਬੇਅਦਬੀ ਕਰਨੀ, ਮੈਂ ਇਹ ਗੱਲ ਕਹਿਣੀ ਚਾਹੁੰਦਾ, ਮੁਸਲਮਾਨ ਧਰਮ ਦੇ ਜਿਹੜੇ ਧਾਰਮਿਕ ਆਗੂ ਹੈ ਜਾਂ ਰਾਜਨੀਤਿਕ ਆਗੂ ਹੈ ਉਹਨਾਂ ਨੂੰ ਵੀ ਸਖ਼ਤ ਨੋਟਿਸ ਲੈ ਕੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਔਰ ਸਰਕਾਰ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਇਹ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਨਹੀਂ ਪਾਉਣਗੇ ਤਾਂ ਇਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਿਆਨਕ ਜਿਹੜੇ ਹੈ ਅੰਜਾਮ ਜਿਹੜੇ ਹੈ ਉਹ ਲੋਕਾਂ ਨੂੰ ਔਰ ਸਰਕਾਰਾਂ ਨੂੰ ਭੁਗਤਣੇ ਪੈ ਸਕਦੇ ਹੈ। ਇਹਦੇ ਨਾਲ ਸਾਰੇ ਧਰਮਾਂ ਦੇ ਵਿੱਚ ਨਫ਼ਰਤ ਵੀ ਪੈਦਾ ਹੋਏਗੀ ਔਰ ਇੱਕ ਦੂਜੇ ਦੇ ਧਾਰਮਿਕ ਅਸਥਾਨਾਂ ਪ੍ਰਤੀ ਵੀ ਨਫ਼ਰਤ ਪੈਦਾ ਹੋਏਗੀ, ਜਿਹਦੇ ਨਾਲ ਹਾਲਾਤ ਇਕੱਲੇ ਇੱਥੇ ਨਹੀਂ ਸਾਰੀ ਦੁਨੀਆ ਦੇ ਵਿੱਚ ਹਾਲਾਤ ਜਿਹੜੇ ਵਿਗੜ ਸਕਦੇ ਆ। ਇਸ ਕਰਕੇ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ, ਜਿਨ੍ਹਾਂ ਦਾ ਬਹੁਤ ਵੱਡਾ ਸਿੱਖ ਪੰਥ ਨਾਲ ਸਨੇਹ ਹੈ, ਜਿਨ੍ਹਾਂ ਨੇ ਕਰਤਾਰਪੁਰ ਦੇ ਲਾਂਘੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ, ਗੁਰਧਾਮਾਂ ਦੀ ਸੇਵਾ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਹਿੱਸਾ, ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਹਨਾਂ ਅਨਸਰਾਂ ਨੂੰ ਤਕੜੇ ਹੋ ਕੇ ਸਖ਼ਤੀ ਨਾਲ ਨੱਥ ਪਾਉਣ ਤਾਂ ਕਿ ਇਹੋ ਜਿਹਾ ਕਾਰਾ ਅੱਗੇ ਲਈ ਕਦੇ ਨਾ ਹੋ ਸਕੇ। ਔਰ ਸਾਡਾ ਸਾਰਿਆਂ ਦਾ ਸਰਬਸਾਂਝੀਵਾਲਤਾ ਦਾ ਜਿਹੜਾ ਉਪਦੇਸ਼ ਹੈ ਗੁਰੂ ਸਾਹਿਬ ਦਾ, ਔਰ ਜੋ ਸਾਡੀ ਧਾਰਮਿਕ ਸਾਂਝ ਹੈ ਉਹ ਸਾਰੀ ਸਦਾ ਵਾਸਤੇ ਬਣੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।